ਤਰਸੇਮ ਸਿੰਘ ਇਹਦਾ ਨਾਮ ਹੈ ਜੀ, ਇਹ ਫਾਇਰ ਅਫਸਰ ਬਰਨਾਲਾ ਵਿਖੇ ਪੋਸਟਡ ਆ ਬੰਦਾ। NOC ਜਾਰੀ ਕਰਨ ਬਦਲੇ ਇਸ ਬੰਦੇ ਨੇ 50,000 ਰੁਪਏ ਉਹਦੇ ਵਿੱਚੋਂ ਮੰਗ ਰੱਖੀ ਸੀ। ਉਹਨਾਂ ਨੇ ਕਿਹਾ ਵੀ ਨਹੀਂ ਯਾਰ ਇਹ ਗਲਤ ਹੈ, ਅਸੀਂ ਇੰਨੇ ਨਹੀਂ ਦੇ ਸਕਦੇ। ਇਹ ਬੰਦਾ ਫਿਰ ਕਹਿੰਦਾ ਵੀ 40,000 ਰੁਪਇਆ ਲਿਓ, ਤੁਹਾਨੂੰ ਫਿਰ NOC ਜਾਰੀ ਕਰੋ, ਉਹਨਾਂ ਨੇ ਹੋਟਲ ਵਗੈਰਾ ਉੱਥੇ ਬਣਾਉਣਾ। ਉਹਦੇ ਬਦਲੇ ਮਤਲਬ 40,000 ਰੁਪਏ ਅੱਜ ਅਸੀਂ ਰੈੱਡ ਹੈਂਡਡ ਇਹਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਟ੍ਰੈਪ ਲੈਂਦੇ ਗ੍ਰਿਫਤਾਰ ਕਰ ਲਏ। ਅਗਲੀ ਹੁਣ FIR ਲੋਡ ਕਰਕੇ ਜੀ ਕੱਲ੍ਹ ਨੂੰ ਮਾਣਯੋਗ ਅਦਾਲਤ ਪੇਸ਼ ਕਰਕੇ ਰਿਮਾਂਡ ਲਵਾਂਗੇ, ਜੋ ਵੀ ਅੱਗੇ ਤਫਤੀਸ਼ 'ਚ ਆਊਗਾ ਉਸ ਅਨੁਸਾਰ ਫਿਰ ਜੁਰਮ ਦੀ ਵਾਧਾ ਕਰਾਂਗੇ। ਪੰਜਾਬੀ ਏਕਤਾ ਚੈਨਲ ਦੇਖ ਰਹੇ ਹੋ ਤੁਸੀਂ ਇਸ ਵੇਲੇ ਦੀ ਵੱਡੀ ਖਬਰ। ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਤਰਸੇਮ ਸਿੰਘ ਫਾਇਰ ਅਫਸਰ ਬਰਨਾਲਾ ਨੂੰ 40,000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹਾਂ, ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀ ਨੂੰ ਸ਼ਿਕਾਇਤ ਕਰਤਾ ਹਰਦੇਵ ਸਿੰਘ ਵਾਸੀ ਪਿੰਡ ਝਾੜੋ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਗਿਆ ਹੈ। ਬੁਲਾਰੇ ਨੇ ਅੱਗੇ ਦੱਸਿਆ ਹੈ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਕੋਲ ਪਹੁੰਚ ਕਰਕੇ ਦੱਸਿਆ ਹੈ ਕਿ ਉਸਨੇ ਅਨਾਜ ਮੰਡੀ ਬਰਨਾਲਾ ਦੇ ਸਾਹਮਣੇ ਇੱਕ ਹੋਟਲ ਦੀ ਉਸਾਰੀ ਲਈ ਪਲਾਟ ਖਰੀਦਿਆ ਸੀ। ਅੱਗ ਬੁਝਾਊ ਵਿਭਾਗ ਤੋਂ ਇਤਰਾਜ਼ਹੀਨਤਾ ਸਰਟੀਫਿਕੇਟ ਜਾਰੀ ਕਰਨ ਬਦਲੇ ਦੋਸ਼ੀ 50,000 ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਸੀ, ਪਰ ਸੌਦਾ 40,000 ਰੁਪਏ ਵਿੱਚ ਤੈਅ ਹੋਇਆ ਸੀ। ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਦੀ ਟੀਮ ਨੇ ਜਾਲ ਵਿਛਾਇਆ ਅਤੇ ਉਕਤ ਫਾਇਰ ਅਫਸਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 40,000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕਰ ਲਿਆ। ਇਸ ਸੰਬੰਧੀ ਮੁਲਜ਼ਮ ਖਿਲਾਫ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ। ਸਰ ਇਹ ਜਿਹੜੇ ਫਾਇਰ ਅਫਸਰ ਕਿੱਥੇ ਤਨਾਵ ਸੀ, ਕੀ ਨਾਮ ਸੀ, ਕਿਸ ਗੱਲ 'ਚ ਫੜੇ ਗਏ? ਤਰਸੇਮ ਸਿੰਘ ਇਹਦਾ ਨਾਮ ਹੈ ਜੀ, ਇਹ ਫਾਇਰ ਅਫਸਰ ਬਰਨਾਲਾ ਵਿਖੇ ਪੋਸਟਡ ਆ ਬੰਦਾ। ਇਹਦੇ ਕੋਲ ਹਰਦੇਵ ਸਿੰਘ ਸਾਡੇ ਜਿਹੜੇ ਹੈਗੇ ਨੇ ਐਪਲੀਕੈਂਟ ਮਤਲਬ ਕੰਪਲੇਂਟੈਂਟ, ਉਹ ਗਏ ਸੀ NOC ਲੈਣ ਬਦਲ। ਇਹ ਸੁਨਾਮ ਦੇ ਨੇ ਜੀ, ਇਹ ਸੁਨਾਮ ਦੇ ਨੇ ਜੀ, ਜਿਹੜੇ ਹਰਦੇਵ ਸਿੰਘ ਸੁਨਾਮ ਦੇ ਪ੍ਰੋਪਰ ਰੈਜੀਡੈਂਟ ਨੇ। ਇਹਨਾਂ ਨੇ ਦਾਣਾ ਮੰਡੀ ਦੇ ਸਾਹਮਣੇ ਇੱਥੇ ਕੋਈ ਪਰਚੇਜ਼ ਕੀਤਾ ਪਲਾਟ, ਉੱਥੇ ਹੋਟਲ ਬਣਾ ਰਹੇ ਸੀ ਜਿਵੇਂ। ਉਹ ਹੋਟਲ ਦੀ ਇਹ ਸ਼ਰਤ ਆ ਵੀ ਪਹਿਲਾਂ ਫਾਇਰ NOC ਪ੍ਰਾਪਤ ਕਰੋ ਜੀ ਤੁਸੀਂ। ਉਹ ਤਾਂ ਇਹਨਾਂ ਦਾ ਲਿੰਕ 'ਚ ਆਏ, ਉਹਨੇ ਮਤਲਬ 50,000 ਰੁਪਏ ਇਹਨਾਂ ਤੋਂ ਡਿਮਾਂਡ ਕੀਤੀ, 40,000 ਰੁਪਏ ਆਪਾਂ ਰੈੱਡ ਹੈਂਡਡ ਇਹਨਾਂ ਨੂੰ ਅੱਜ ਟੈਪ ਕਰਦੇ ਟੈਸਟ ਕੀਤਾ ਜੀ। ਬਰਨਾਲੇ ਤੋਂ ਕਿਤੇ ਤਨਾਤ? ਹਾਂਜੀ, ਬਰਨਾਲੇ ਫਾਇਰ ਅਫਸਰ ਬਰਨਾਲਾ ਵਿਖੇ ਤਨਾਤ ਨੇ ਜੀ। ਬਰਾਮਦੇ ਵਿੱਚ? ਹਾਂ, 40,000 ਰੁਪਏ ਮੌਕੇ ਤੋਂ ਬਰਾਮਦ ਹੋ ਗਏ ਜੀ, ਜ਼ਿਲ੍ਹੇ ਦੇ ਇੰਚਾਰਜ ਨੇ, ਜ਼ਿਲ੍ਹਾ ਫਾਇਰ ਅਫਸਰ ਨੇ। ਅਗਲੀ ਕਾਰਵਾਈ? ਅਗਲੀ ਹੁਣ FIR ਲੋਡ ਕਰਕੇ ਜੀ ਕੱਲ੍ਹ ਨੂੰ ਮਾਣਯੋਗ ਅਦਾਲਤ ਪੇਸ਼ ਕਰਕੇ ਰਿਮਾਂਡ ਲਵਾਂਗੇ, ਜੋ ਵੀ ਅੱਗੇ ਤਫਤੀਸ਼ 'ਚ ਆਊਗਾ ਉਸ ਅਨੁਸਾਰ ਫਿਰ ਜੁਰਮ ਦੀ ਵਾਧਾ ਕਰਾਂਗੇ। ਅਤੇ ਸਰ ਹੋਰ ਆਪਾਂ ਪਬਲਿਕ ਨੂੰ ਕੀ ਅਪੀਲ ਕਰਨਾ ਚਾਹਾਂਗੇ? ਅਸੀਂ ਮੇਰੀ ਸਮੂਹ ਪਬਲਿਕ ਨੂੰ ਤੁਹਾਡੇ ਥਰੂ ਇਹ ਰਿਕੁਐਸਟ ਹੈ, ਕੋਈ ਵੀ ਅਧਿਕਾਰੀ ਕਰਮਚਾਰੀ ਕਿਸੇ ਵੀ ਮਹਿਕਮੇ ਦਾ, ਕੋਈ ਵੀ ਤੁਹਾਡੇ ਤੋਂ 5 ਪੈਸੇ ਮੰਗਦਾ, 10 ਰੁਪਏ ਕਿਸੇ ਵੀ ਕੰਮ ਬਦਲੇ ਮੰਗਦਾ, ਸਾਡੇ ਕੋਲ ਆਓ 24 ਘੰਟੇ। ਸ਼ਨੀਵਾਰ ਐਤਵਾਰ ਕੋਈ ਸਾਨੂੰ ਛੁੱਟੀ ਨਹੀਂ, ਰਾਤ ਦਿਨ ਸਾਨੂੰ ਇਤਲਾਹ ਦਿਓ, ਤੁਹਾਡੇ ਨੰਬਰ ਦਿੱਤੇ ਹੋਏ ਜੀ ਉਹਨਾਂ ਨੂੰ, ਅਤੇ ਵੈਲਕਮ ਹੈ, ਅਸੀਂ ਕਾਰਵਾਈ ਕਰਾਂਗੇ ਤੁਰੰਤ।